ਸੰਵਿਧਾਨ ਦੋ ਹੀ ਬਣੇ ਆ ਜੇ ਸੰਵਿਧਾਨ ਇੱਕ ਬਣਿਆ ਹੁੰਦਾ ਬੰਦੀ ਸਿੰਘਾਂ ਨੂੰ ਛੱਡ ਦੇਣਾ ਸੰਵਿਧਾਨ ਵਿੱਚ ਲਿਖਿਆ ਨਾ ਕਿ 20 ਸਾਲ ਉਮਰ ਕੈਦ 20 ਸਾਲ 14 ਸਾਲ 14 ਸਾਲ ਉਹ ਮੈਂ ਕੈਦ ਆ ਤੇ ਜੇ ਸੰਵਿਧਾਨ ਇੱਕ ਬਣਿਆ ਵਾ ਤੇ ਛੱਡਣ ਬੰਦੀ ਸਿੰਘਾਂ ਨੂੰ ਸਾਨੂੰ ਕੀ ਲੋੜ ਇੱਥੇ ਮੋਰਚਾ ਲਾਉਂਦੇ ਹੀ ਜਾਈਏ ਘਰਾਂ ਨੂੰ ਜੀ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਵਾ ਜੇ ਤੁਸੀਂ ਕਹਿੰਦੇ ਕਿ ਸੰਵਿਧਾਨ ਦੋ ਇਹ ਦੋ ਹੀ ਆ ਸਿੱਖਾਂ ਵਾਸਤੇ ਵੱਖਰੇ ਆ ਤੇ ਭਜੀ ਕੰਪਨੀ ਆਪਣਾ ਪੂਮਾ ਕੰਪਨੀ ਲਾ ਲੋ ਨਾਈਕੀ ਕੰਪਨੀ ਲਾ ਲੋ ਉਹ ਸ਼ੂਜ਼ ਬਣਾਉਂਦੀ ਆ ਜੈਕਟਾਂ ਬਣਾਉਂਦੀ ਆ ਕੋਟੀਆਂ ਬਣਾਉਂਦੀ ਆ ਉਹ ਆਪ ਦੇ ਰੇਟ ਆਪ ਤੈਅ ਕਰਦੀ ਆ ਤੇ ਕਿਸਾਨ ਨੂੰ ਕਿਉਂ ਨਹੀਂ ਹੱਕ ਆਪ ਦੇ ਆਪ ਦੇ ਕਣਕ ਦਾ ਆਪ ਦੇ ਝੋਨੇ ਦਾ ਰੇਟ ਲਾਉਣ ਦਾ ਸਵਿਧਾਨ ਦੋਈ ਆ ਨਾ ਫਿਰ ਸਾਡੇ ਨਾਲ ਹਮੇਸ਼ਾ ਤਕਾਉਂਦਾ ਆਇਆ ਚਾਹੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਚਾਹੇ ਸਿੱਖਾਂ ਦੀ ਗੱਲ ਕਰ ਲਈਏ ਜਿਹੜੇ ਪੰਜਾਬ 'ਚ ਹੋਰ ਵੀ ਜਿਹੜੀ ਕੌਮਾਂ ਰਹਿੰਦੀਆਂ ਨੇ ਉਹ ਸਾਰੇ ਪੰਜਾਬੀ ਹੋਗੇ ਬੇਸ਼ੱਕ ਆਪਾਂ ਸਿੱਖ ਕੌਮ ਦੀ ਵੀ ਗੱਲ ਕਰ ਲਈਏ ਤਾਂ ਪੰਜਾਬ ਨੂੰ ਹਮੇਸ਼ਾ ਹੀ ਦੱਬਿਆ ਜਾਂਦਾ